ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਟਰੈਵਲਰ ਕਿਕਸ 'ਤੇ ਤੁਹਾਡਾ ਸਵਾਗਤ ਹੈ। ਲਓ ਜੀ, ਅੱਜ ਆਪਾਂ ਪਹੁੰਚਾਂਗੇ ਅੰਮ੍ਰਿਤਸਰ ਦੇ ਵਿੱਚ ਦੀ ਬਾਗ। ਦੀ ਬਾਗ ਇੱਕ ਬਹੁਤ ਹੀ ਵਧੀਆ ਕੈਫੇ ਬਣਿਆ ਹੋਇਆ ਹੈ, ਅਤੇ ਜਿਹਦੇ ਨਾਲ ਤੁਸੀਂ ਇਹ ਕਹਿ ਸਕਦੇ ਹੋਗੇ ਕਿ ਇੱਕ ਜਸ਼ਨ ਨਾਮ ਦਾ ਆਈ ਥਿੰਕ ਸੋ ਮੈਰਿਜ ਪੈਲਸ ਹੈਗਾ। ਮੈਂ ਜ਼ਿਆਦਾ ਰਿਸਰਚ ਇੱਥੇ ਨਹੀਂ ਕਰ ਸਕਿਆ ਕਿਉਂਕਿ ਮੈਂ ਸ਼ਾਮ ਦਾ ਟਾਈਮ ਸੀ ਅਤੇ ਮੋਗੇ ਤੋਂ ਆਇਆ ਸੀ, ਅਤੇ ਆਪਾਂ ਇਸ ਕਰਕੇ ਆਪਾਂ ਆਪਦੀ ਲੋਕੇਸ਼ਨ 'ਤੇ ਪਹੁੰਚਣਾ ਹੀ ਜ਼ਿਆਦਾ ਬਿਹਤਰ ਸਮਝਿਆ ਵੀ ਆਪਾਂ ਆਪਦੇ ਟਾਰਗੇਟ 'ਤੇ ਚੱਲ ਗਏ। ਬਾਕੀ ਇਨਫੋਰਮੇਸ਼ਨ ਅਤੇ ਨੌਲੇਜ ਹੈ ਜਿਹੜੀ, ਉਹ ਬਾਅਦ ਦੇ ਵਿੱਚ ਤੁਹਾਨੂੰ ਜਿਵੇਂ ਕਲੈਕਟਿੰਗ ਹੋਊਗੀ ਦੱਸ ਦਿਆਂਗੇ। ਅਤੇ ਚਲੋ ਆਪਾਂ ਕਰ ਲਈਏ ਦੀ ਬਾਗ ਕੈਫੇ ਦੀ ਐਂਟਰੀ, ਅਤੇ ਆਈ ਥਿੰਕ ਸੋ ਜਿਹੋ ਜਿਹਾ ਵਿਊ ਮੈਨੂੰ ਲੱਗਾ ਉਹੋ ਜਿਹਾ ਤੁਸੀਂ ਵੇਖ ਰਹੇ ਹੋ, ਮਤਲਬ ਮੇਰੇ ਤਾਂ ਦਿਲ ਨੂੰ ਲੱਗ ਚੁੱਕਿਆ। ਇੰਨੀ ਗ੍ਰੀਨਰੀ, ਵਾਕਿਆ ਦੀ ਬਾਗ ਆ, ਬਹੁਤ ਸੋਹਣਾ ਬਾਗ ਬਣਿਆ ਹੋਇਆ ਹੈ ਅਤੇ ਬਹੁਤ ਹੀ ਵਧੀਆ ਗ੍ਰੀਨਰੀ ਆ। ਅਤੇ ਸਭ ਤੋਂ ਵਧੀਆ ਜਿਹੜੀ ਪੱਥਰ ਦੀ ਸਮਿਟਰੀ ਦਿੱਤੀ ਹੋਈ ਆ ਅਤੇ ਜਿਹੜਾ ਵੁਡਨ ਟੱਚ ਦਿੱਤਾ ਹੋਇਆ ਹੈ, ਇਹ ਸਭ ਤੋਂ ਸੋਹਣਾ ਅਤੇ ਬਾ ਕਮਾਲ ਆ। ਅਤੇ ਬਾਗ ਦੇ ਵਿੱਚ ਜਿਵੇਂ ਤੁਸੀਂ ਕਹੋ ਲੱਕੜ ਦਾ ਆਪਾਂ ਫਰਨੀਚਰ ਵੇਖ ਰਹੇ ਹਾਂ, ਜਿਵੇਂ ਕਰਕੇ ਆਮ ਹੀ ਵੁਡਨ ਫਰਨੀਚਰ ਮਸ਼ਹੂਰ ਆ, ਅਤੇ ਜਿਵੇਂ ਜੋ ਆਪਾਂ ਸਾਹਮਣੇ ਬਿਲਡਿੰਗ ਵੀ ਦੇਖ ਰਹੇ ਹਾਂ ਜਾਂ ਜਿਵੇਂ ਇਹ ਆਪਣਾ ਛੋਟਾ ਰੈਸਟੋਰੈਂਟ ਬਣਿਆ ਹੋਇਆ, ਤਾਂ ਉਹਨੂੰ ਵੀ ਪੱਥਰ ਟੱਚ ਦਿੱਤਾ ਹੋਇਆ ਹੈ ਅਤੇ ਵੁਡਨ ਫਰਨੀਚਰ ਹੈਗਾ, ਅਤੇ ਆਪਾਂ ਕਹਿ ਲਈਏ ਵੁਡਨ ਫਲੋਰ ਹੈਗੇ, ਅਤੇ ਜਿਹੜਾ ਕਿ ਸਭ ਤੋਂ ਵਧੀਆ ਅਤੇ ਸੋਹਣਾ ਲੱਗ ਰਿਹਾ। ਅਤੇ ਕਿੰਨਾ ਵੱਡਾ ਗਲਾਸ ਦਿੱਤਾ ਹੋਇਆ ਹੈਗਾ ਆਪਾਂ ਰੈਸਟੋਰੈਂਟ ਦੇ ਵਿੱਚ ਵੇਖ ਰਹੇ ਹਾਂ, ਵੁਡਨ ਰੂਫ, ਅਤੇ ਇਹ ਇੰਨਾ ਕੁ ਸੋਹਣਾ ਲੱਗ ਰਿਹਾ, ਇੰਨਾ ਕੁ ਦਿਲ ਨੂੰ ਭਾ ਰਿਹਾ ਹੈਗਾ ਕਿ ਮਨ ਕਰ ਰਿਹਾ ਵੀ ਆਪਾਂ ਕੁਛ ਟਾਈਮ ਪਹਿਲਾਂ ਆਉਣਾ ਸੀ ਤਾਂ ਜੋ ਇੱਥੇ ਇੱਕ ਖੁੱਲ੍ਹਾ ਡੁੱਲਾ ਸਮਾਂ ਆਪਾਂ ਬਤੀਤ ਕਰ ਪਾਉਂਦੇ, ਮਤਲਬ ਇੰਜੋਏ ਦੇ ਕੁਛ ਹੋਰ ਪਲ ਹੋਰ ਜੁੜ ਜਾਂਦੇ। ਲੋ ਵੀ ਜਿਹੜਾ ਪਾਣੀ ਇੰਨਾ ਸਾਫ਼ ਸੁਥਰਾ ਹੈ, ਚਲੋ ਹੋ ਤਾਂ ਭਾਵੇਂ ਪਾਣੀ ਦੀ ਥੋੜ੍ਹੀ ਵੇਸਟੇਜ ਹੀ ਰਹੀ ਆ, ਪਰ ਅੱਖਾਂ ਨੂੰ ਬਹੁਤ ਸੋਹਣਾ ਲੱਗ ਰਿਹਾ ਹੈ। ਹਜੇ ਤਾਂ ਚਲੋ ਥੋੜ੍ਹੇ ਸਰਦੀਆਂ ਦੇ ਦਿਨ ਆ, ਜਿਵੇਂ ਜਿਵੇਂ ਗਰਮੀ ਆਊਗੀ ਮੈਨੂੰ ਲੱਗਦਾ ਦਿਲ ਨੂੰ ਹੋਰ ਵੀ ਵਧੀਆ ਲੱਗੂਗਾ। ਆਪਾਂ ਇਸੇ ਤਰ੍ਹਾਂ ਹੀ ਥੋੜ੍ਹਾ ਹੋਰ ਅੱਗੇ ਨੂੰ ਵੱਧਦੇ ਹਾਂ, ਅਤੇ ਜਿਵੇਂ ਪੱਥਰ ਦੀ ਸਮਿਟਰੀ ਦੀ ਗੱਲ ਕੀਤੀ ਹੈਗੀ, ਜਿਹੜੇ ਆਪਣਾ ਗ੍ਰੀਨਰੀ ਦੀ ਗੱਲ ਕੀਤੀ ਆ, ਆਪਾਂ ਗੱਲ ਕੀਤੀ ਆ ਫਰਨੀਚਰ ਦੀ, ਸਾਰਾ ਕੁਛ ਬਹੁਤ ਸੋਹਣਾ ਬਣਿਆ ਹੋਇਆ। ਆਪਾਂ ਇਵੇਂ ਤੁਹਾਡੇ ਨਾਲ ਹਰ ਚੀਜ਼ ਦਿਖਾਵਾਂਗੇ ਤੁਹਾਨੂੰ, ਅਤੇ ਆਪਾਂ ਟੇਬਲ ਦੀ ਸਿਲੈਕਸ਼ਨ ਵੀ ਕਰਦੇ ਵੀ ਆਪਾਂ ਕਿਹੜੇ ਸੈਕਸ਼ਨ ਦੇ ਵਿੱਚ ਬੈਠਣਾ, ਕਿਹੜੇ ਬਲੋਕ 'ਚ ਬੈਠਣਾ, ਆਪਾਂ ਕਿੱਥੇ ਬੈਠਣਾ, ਕਿਹੜਾ ਟੇਬਲ ਆਪਾਂ ਨੂੰ ਪਸੰਦ ਆਉਂਦਾ। ਅਤੇ ਆਈ ਥਿੰਕ ਸੋ ਇਹ ਸਾਹਮਣੇ ਵਾਲਾ ਟੇਬਲ ਹੀ ਠੀਕ ਹੈ ਜੀ, ਇਹ ਇੱਥੇ ਬੈਠਾਂਗੇ ਆਪਾਂ। ਪਰ ਉਦੋਂ ਪਹਿਲਾਂ ਆਪਾਂ ਥੋੜ੍ਹੀ ਬਹੁਤੀ ਵੀਡੀਓ ਜਿਹੜੀ ਆ ਬਣਾ ਲੈਂਦੇ ਹਾਂ, ਬਾਅਦ 'ਚੋਂ ਈਵਨਿੰਗ ਹੋ ਜਾਣੀ ਆ, ਹਨੇਰਾ ਹੋ ਗਿਆ ਤਾਂ ਜਿਹੜੀ ਵੀਡੀਓ ਦੀ ਕਲੀਅਰਟੀ ਉਹ ਆਉਣੀ ਨਹੀਂ, ਇਸ ਕਰਕੇ ਆਪਾਂ ਥੋੜ੍ਹਾ ਪਹਿਲਾਂ ਜਿਹੜੇ ਵਿਊ ਆ ਚਾਰੇ ਪਾਸੇ ਦੇ ਉਹ ਕੈਪਚਰ ਕਰ ਲਈਏ। ਹਰ ਪਾਸੇ ਇੱਕ ਨਿਊ ਲੁੱਕ ਦਿੱਤੀ ਹੋਈ ਆ, ਅਤੇ ਜੇ ਇਹ ਛੋਟਾ ਜਿਹਾ ਓਪਨ ਹਾਲ ਬਣਿਆ ਜਿਵੇਂ ਬਰਾਂਡੇ ਦੀ ਤਰ੍ਹਾਂ, ਖੈਰ ਬਾਰਿਸ਼ਾਂ ਦੇ ਵਿੱਚ ਅਤੇ ਗਰਮੀਆਂ ਦੇ ਵਿੱਚ ਇੱਥੇ ਕੂਲਰ ਲੱਗਾ ਹੋਵੇ ਤਾਂ ਬਹੁਤ ਵਧੀਆ ਲੱਗਦਾ। ਅਤੇ ਜਿਵੇਂ ਮੈਂ ਸਟੋਨਸ ਦੀਆਂ ਬਣੀਆਂ ਹੋਈਆਂ ਵਾਲਸ ਦੀ ਗੱਲ ਕੀਤੀ ਆ, ਪੱਥਰ ਲੱਗਾ ਹੋਇਆ, ਉਹ ਬਹੁਤ ਸੋਹਣਾ ਲੱਗ ਰਿਹਾ ਜੀ। ਹੁਣ ਵਾਰ ਵਾਰ ਆਪਾਂ ਉਹੀ ਗੱਲਾਂ ਕਰੀਏ ਤਾਂ ਸ਼ਾਇਦ ਵਧੀਆ ਨਹੀਂ ਲੱਗਣਗੀਆਂ, ਪਰ ਉਹ ਪੱਥਰ, ਉਹ ਪਾਣੀ, ਉਹ ਪਲਾਂਟਸ, ਉਹ ਵੁਡਨ ਦਾ ਫਰਨੀਚਰ, ਮਤਲਬ ਸਭ ਕੁਛ ਮਨ ਨੂੰ ਭਾ ਰਿਹਾ ਹੈਗਾ, ਬਹੁਤ ਸੋਹਣਾ ਲੱਗ ਰਿਹਾ ਹੈਗਾ, ਇੱਕ ਅਲੱਗ ਜਿਹੀ ਤਰ੍ਹਾਂ ਦੀ ਫੀਲਿੰਗ ਆ ਰਹੀ ਆ। ਅਤੇ ਹੁਣ ਮਨ ਦੇ ਵਿੱਚ ਇੱਕੋ ਆ ਰਿਹਾ ਵੀ ਆਪਾਂ ਥੋੜ੍ਹਾ ਟਾਈਮ ਬੈਠਦੇ ਹਾਂ ਅਤੇ ਆਪਾਂ ਔਡਰ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਔਡਰ ਨੇ ਵੀ ਬਾਅਦ 'ਚੋਂ ਥੋੜ੍ਹਾ ਟਾਈਮ ਲੈ ਲੈਣਾ ਹੈ, ਅਤੇ ਫਿਰ ਨਾਲੇ ਆਪਾਂ ਨੂੰ ਫੂਡ ਕੁਆਲਿਟੀ ਬਾਰੇ ਥੋੜ੍ਹਾ ਚਾਨਣਾ ਪੈ ਜੂ, ਪਤਾ ਲੱਗ ਜੂਗਾ। ਅਤੇ ਸਾਹਮਣੇ ਆਪਾਂ ਵੇਖ ਰਹੇ ਹਾਂ ਓਪਨ ਕਿਚਨ, ਇਹ ਵੀ ਬੜੀ ਵਧੀਆ ਗੱਲ ਹੈ ਕਿ ਵੀ ਜਿਹੜੀ ਕਿਚਨ ਆ ਉਹ ਓਪਨ ਰੱਖੀ ਹੋਈ ਹੈਗੀ। ਇਹ ਜਿਹੜਾ ਆਪਣਾ ਸੈਂਟਰ ਵਾਲਾ ਸੈਂਟਰ ਪੁਆਇੰਟ ਹੈਗਾ, ਇਹ ਇੱਕ ਸਭ ਤੋਂ ਜ਼ਿਆਦਾ ਮਨ ਨੂੰ ਭਾਉਣ ਵਾਲਾ ਏਰੀਆ ਹੈ। ਇਹ ਸਾਹਮਣੇ ਆਪਾਂ ਫਿਰ ਇੰਡੋਰ ਰੈਸਟੋਰੈਂਟ ਦੇਖ ਰਹੇ ਹਾਂਗੇ, ਇਹਦੇ ਵਿੱਚ ਕੁਛ ਗੈਸਟ ਬੈਠੇ ਹੈਗੇ, ਇਸ ਕਰਕੇ ਆਪਾਂ ਇਹਦੀ ਜਿਹੜੀ ਵੀਡੀਓ ਆ ਉਹ ਥੋੜ੍ਹੀ ਡਿਲੇ ਕਰਦੇ ਹਾਂਗੇ, ਕਿਉਂਕਿ ਬਹੁਤ ਸਾਰੇ ਗੈਸਟ ਆ ਜਿਹੜੇ ਉਹ ਮਾਇੰਡ ਕਰਦੇ ਆ ਵੀ ਸਾਡਾ ਜਿਹੜਾ ਚਿਹਰਾ ਹੈਗਾ ਉਹ ਨਾਂ ਵਿੱਚ ਲਿਆ ਜਾਵੇ। ਅਤੇ ਉਹ ਜਿਵੇਂ ਚਲੇ ਜਾਣਗੇ ਅਤੇ ਆਪਾਂ ਉਵੇਂ ਹੀ ਉਸ ਟਾਈਮ 'ਤੇ ਫਿਰ ਜਿਹੜੀ ਉਹ ਵੀਡੀਓ ਅੰਦਰੋਂ ਬਣਾ ਕੇ ਤੁਹਾਡੇ ਸਾਹਮਣੇ ਰੱਖਾਂਗੇ, ਅਤੇ ਫਿਰ ਤੁਸੀਂ ਦੱਸਿਓ ਵੀ ਅੰਦਰੋਂ ਰੈਸਟੋਰੈਂਟ ਦਾ ਜਿਹੜਾ ਵਿਊ ਆ ਉਹ ਕਿੱਦਾਂ ਦਾ। ਅਤੇ ਫਿਲਹਾਲ ਆਪਾਂ ਤੁਹਾਨੂੰ ਬਾਹਰ ਦੀ ਇੱਕ ਖੁੱਲ੍ਹੀ ਡੁੱਲੀ ਗੇੜੀ ਕਢਾਉਂਦੇ ਹਾਂ, ਅਤੇ ਆਪਾਂ ਗੱਲ ਕਰਦੇ ਫਰਨੀਚਰ ਦੀ ਵੀ, ਫਰਨੀਚਰ ਨਹੀਂ ਸਟਾਫ ਦੀ, ਆਪਾਂ ਸਟਾਫ ਦੀ ਗੱਲ ਕਰਦੇ ਵੀ ਸਟਾਫ ਜਿਹੜਾ ਉਹ ਬਹੁਤ ਹੀ ਵਧੀਆ ਆਦਰ ਸਤਿਕਾਰ ਨਾਲ ਗੱਲ ਕਰਦਾ ਅਤੇ ਬੜਾ ਵਧੀਆ ਸਟਾਫ ਆ ਉਹਨਾਂ ਦੇ ਵਿੱਚ, ਇੱਕ ਵਧੀਆ ਹੋਸਪਿਟੈਲਿਟੀ ਦੇ ਜਿਹੜੇ ਗੌਣਾ ਉਹ ਪਾਏ ਜਾਂਦੇ ਆ। ਲੈ ਵੀ ਇੱਧਰ ਜਿਹੜਾ ਫਰਸ਼ ਆ ਉਹ ਰੱਖਿਆ ਹੋਇਆ ਚਿਪਸ ਦਾ,
ਬਹੁਤ ਸੋਹਣਾ, ਅਤੇ ਚਿਮਣੀ ਬਣੀ ਹੋਈ ਆ, ਅਤੇ ਇਸੇ ਤਰ੍ਹਾਂ ਹੀ ਇੱਕ ਵੱਖਰਾ ਜਿਹਾ ਟੇਬਲ ਬਹੁਤ ਸੋਹਣਾ ਬਣਿਆ ਹੋਇਆ, ਅਤੇ ਇੱਧਰਲਾ ਜਿਹੜਾ ਸੈਕਸ਼ਨ ਆ ਉਹ ਵੀ ਬਹੁਤ ਸੋਹਣਾ ਹੈ, ਅਤੇ ਆਈ ਥਿੰਕ ਸੋ ਜਿਵੇਂ ਮੈਨੂੰ ਲੱਗ ਰਿਹਾ ਸੀ ਉੱਧਰ ਸਟੇਜ ਵੀ ਸੀਗਾ। ਅਤੇ ਆਪਾਂ ਮੈਨਿਊ ਚਲੋ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂਗੇ, ਅਤੇ ਇਹ ਜਿਹੜਾ ਆਪਣਾ ਡਰਿੰਕਸ ਦਾ ਹੈਗਾ, ਅਤੇ ਤੁਸੀਂ ਇੱਥੋਂ ਪ੍ਰਾਈਸਿਸ ਚੈੱਕ ਕਰ ਲੈਣੇ ਆ, ਅਤੇ ਮਨ ਬਣਾ ਲੈਣਾ ਵੀ ਆਪਾਂ ਉੱਥੇ ਜਾ ਕੇ ਕੀ ਔਡਰ ਕਰਨਾ। ਅਤੇ ਮੈਂ ਪੂਰੀ ਉਮੀਦ ਕਰਦਾ ਵੀ ਤੁਸੀਂ ਇੱਕ ਵਧੀਆ ਜਿਹਾ ਔਡਰ ਕਰੋਗੇ, ਅਤੇ ਪਹਿਲਾਂ ਹੀ ਸਿਲੈਕਟ ਕਰਕੇ ਆਓਗੇ, ਅਤੇ ਜਿਹੜੇ ਉਹਦੇ ਪ੍ਰਾਈਸ ਆ ਰੇਟ ਆ ਉਹਨਾਂ ਦਾ ਅੰਦਾਜ਼ਾ ਤੁਹਾਨੂੰ ਲੱਗ ਗਿਆ ਹੋਣਾ ਹੈਗਾ। ਚਲੋ ਫਿਰ ਵੀ ਚਲੋ ਆਪਾਂ ਥੋੜ੍ਹਾ ਜਿਹੜਾ ਔਡਰ ਹੈਗਾ ਉਹ ਪ੍ਰੋਪਰ ਜਿਵੇਂ ਆਪਾਂ ਕਹਿੰਦੇ ਹਾਂ ਥੋੜ੍ਹਾ ਬਹੁਤ ਔਡਰ ਕਰ ਲਿਆ ਜਾਵੇ, ਕਿਉਂਕਿ ਆਪਾਂ ਖਾਣੇ ਦਾ ਵੀ ਮਜ਼ਾ ਲੈਣਾ, ਅਤੇ ਆਪਾਂ ਨਾਲ ਦੀ ਨਾਲ ਜਿਹੜਾ ਉੱਥੋਂ ਦਾ ਵਿਊ ਹੈਗਾ, ਜਿਹੜੇ ਉੱਥੇ ਆਪਣਾ ਆਨੰਦ ਆ ਉਹ ਵੀ ਮੰਨਣਾ, ਅਤੇ ਆਪਾਂ ਤੁਹਾਨੂੰ ਫੋਡ ਜਿਹੜਾ ਫੂਡ ਦਾ ਮੈਨਿਊ ਆ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਸੁਸ਼ੀ, ਬਾਓਸ, ਪਾਸਤਾ, ਬਿਗ ਪਲੇਟਸ, ਡੈਜ਼ਰਟ, ਲਓ ਜੀ ਡੈਜ਼ਰਟ 'ਤੇ ਕਹਾਣੀ ਮੁੱਕਦੀ ਆ, ਅਖੀਰ 'ਤੇ ਮਿੱਠਾ ਖਵਾਉਂਦੇ ਹੁੰਦੇ ਆ। ਅਤੇ ਆਪਾਂ ਔਡਰ ਕਰ ਦਿੱਤਾ, ਥੋੜ੍ਹੇ ਟਾਈਮ 'ਚ ਆਪਣਾ ਵੀ ਔਡਰ ਆ ਜੂਗਾ, ਉਦੋਂ ਤੱਕ ਆਪਾਂ ਵੀ ਥੋੜ੍ਹਾ ਬਹੁਤਾ ਟਹਿਲਦੇ ਹਾਂ ਇੱਧਰ ਉੱਧਰ। ਲੈ ਵੀ ਆਫਿਸ ਤੋਂ ਜਿਹੜੀਆਂ ਫੋਨ ਕਾਲਸ ਆ ਬਹੁਤ ਆ ਰਹੀਆਂ ਨੇ, ਜਿਹੜਾ ਰੈਸਟੋਰੈਂਟ ਆ ਉਹ ਫ੍ਰੀ ਹੋ ਚੁੱਕਿਆ ਹੈਗਾ, ਅਤੇ ਆਪਾਂ ਉਹਦਾ ਅੰਦਰ ਦਾ ਜਿਹੜਾ ਵਿਊ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਜਿਹੜਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਦਿੱਤਾ ਹੋਇਆ, ਅਤੇ ਟੇਬਲ ਸੈਟਿੰਗ ਵੀ ਬਹੁਤ ਪਿਆਰੀ ਆ। ਲੈ ਵੀ ਜਿਹੜੇ ਆਪਾਂ ਮੇਨ ਟੇਬਲ ਦੀ ਗੱਲ ਤੁਹਾਡੇ ਨਾਲ ਕੀਤੀ ਸੀਗੀ ਉਹ ਬੁੱਕ ਹੋ ਚੁੱਕਿਆ ਹੈਗਾ ਇੱਕ ਬਰਥਡੇ ਪਾਰਟੀ ਦੇ ਲਈ, ਜਿਹੜੇ ਬਲੂਨਸ ਆਪਾਂ ਛੂ ਕੇ ਆਏ ਸੀਗੇ, ਅਤੇ ਹੁਣ ਵਾਰੀ ਆ ਗਈ ਹੈਗੀ ਆਪਣੇ ਬਾਰ ਦੀ। ਆ ਜਾਓ ਆ ਜਾਓ, ਹੁਣ ਤੁਹਾਨੂੰ ਬਾਰ ਦਾ ਜਿਹੜਾ ਵਿਊ ਆ ਉਹ ਦਿਖਾਉਂਦੇ ਹਾਂਗੇ, ਜਿੱਥੋਂ ਆਪਣੇ ਵਧੀਆ ਵਧੀਆ ਡਰਿੰਕਸ ਬਣ ਕੇ ਆਉਂਦੇ ਆ, ਅਤੇ ਬਾਰ ਦੇ ਵਿੱਚੋਂ ਜਿਹੜਾ ਬਾਹਰ ਦਾ ਵਿਊ ਹੈਗਾ ਉਹ ਤਾਂ ਬਾ ਕਮਾਲ ਆ। ਉਹ ਸਾਹਮਣੇ ਜਿਹੜੇ ਆਪਾਂ ਟੇਬਲ ਦੀ ਗੱਲ ਕਰ ਰਹੇ ਸੀ ਸੈਂਟਰ ਪੁਆਇੰਟ ਦੀ, ਉਹ ਵੀ ਦਿਸ ਰਿਹਾ ਸੀ ਆਪਾਂ ਨੂੰ। ਲਓ ਜੀ ਆਪਣਾ ਸਭ ਤੋਂ ਵਧੀਆ ਗੱਲ ਕਿ ਆਪਣਾ ਜਿਹੜਾ ਫੂਡ ਆ ਉਹ ਬਣ ਕੇ ਆ ਚੁੱਕਿਆ, ਪਾਸਤਾ ਪਹੁੰਚ ਗਿਆ ਟੇਬਲ 'ਤੇ, ਹੁਣ ਪਾਸਤੇ ਦੇ ਆਪਾਂ ਛਡਾਉਣੇ ਆ ਛੱਕੇ। ਸੋਹਣਾ ਬਣਿਆ ਜੀ, ਸੋਹਣਾ ਬਣਿਆ, ਬਹੁਤ ਵਧੀਆ ਬਣਿਆ। ਬੈਠ ਕੇ ਨਾ ਗੱਲ ਨਹੀਂ ਬਣੀ, ਮੈਂ ਕਿਹਾ ਥੋੜ੍ਹਾ ਖੜ ਕੇ ਖੁੱਲ੍ਹ ਕੇ ਖਾਂਦੇ ਹਾਂ। ਜਿਵੇਂ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਨਾ ਵਿਆਹਾਂ ਸ਼ਾਦੀਆਂ 'ਤੇ ਬਫੇ ਵਾਲੇ ਫੱਟੇ ਚੱਕਦੇ ਹਾਂ, ਉਵੇਂ ਥੋੜ੍ਹਾ ਨਾ ਖੜ ਕੇ ਥੋੜ੍ਹਾ ਜ਼ਿਆਦਾ ਮਜ਼ਾ ਆਊਗਾ, ਉਵੇਂ ਸਹੀ ਕੰਮ। ਯੈਸ, ਚਲੋ ਜਿੰਨਾ ਟਾਈਮ ਮੈਂ ਫੂਡ ਦਾ ਮਜ਼ਾ ਲੈਂਦਾ ਹੈਗਾ ਉਹਨਾਂ ਟਾਈਮ ਆਪਾਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੋਰ ਸਾਂਝੀਆਂ ਕਰਦੇ ਹਾਂ। ਗੱਲਾਂ ਕਦੀਆਂ ਸਾਂਝੀਆਂ ਕਰਦੀਆਂ, ਗੱਲਾਂ ਬਹੁਤ ਹੋ ਗਈਆਂ, ਅਤੇ ਹੁਣ ਆਪਾਂ ਤੁਹਾਨੂੰ ਇੱਕ ਪਿਆਰ ਭਰੀ ਬੇਨਤੀ ਕਰਦੇ ਹਾਂ ਕਿ
कि जिन्हां ने चैनल नूं सबसक्राइब नहीं किया काइंडली सबसक्राइब कर लो ते बैल आइकन जरूर प्रेस कर लियो अपनियां नवीं नवीं वीडियो वेखण दे लई। ते लाइक तां तुसीं कर दिंदे हो, कमेंट जरूर करके दस्या करो कि कुछ कमियां रह जांदियां ने, कुछ गल्लां कहण वालियां रह जांदियां ने, कुछ इनफॉर्मेशन अधूरी रह जांदी आ, तो आपां तुहानूं जिवें दी तुहानूं लोड़ आ उहो जिही आपां वीडियो लैके तुहाडे सामने पेश हो जाया करांगे। ते आपां मिलदे हां जल्दी नवीं वीडियो नवीं लोकेशन दे नाल, ते बने रहो जुड़े रहो। उदों तक लई तुहानूं सारयां नूं प्यार भरी सत श्री अकाल। आ जाओ मिलदे हां जल्दी नवीं वीडियो दे नाल नवीं जगह दे उत्ते।